ਸ਼੍ਰੀਕਾਲ ਸਾਰਿਆਂ ਨੂੰ ਮੈਂ ਰਾਜਵਿੰਦਰ ਕੌਰ ਗੋਬਿੰਦਗੜ੍ਹ ਪਬਲਿਕ ਕਾਲਜ ਅਲੌਰ ਖੰਨਾ ਦੇ ਵਿਖੇ ਮੈਂ ਇੱਕ ਸਹਾਇਕ ਪ੍ਰੋਫੈਸਰ ਦੇ ਵਜੋਂ ਇਤਿਹਾਸ ਵਿਭਾਗ ਦੇ ਵਿੱਚ ਕੰਮ ਕਰਦੀ ਹਾਂ। ਮੇਰਾ ਅੱਜ ਦਾ ਵਿਸ਼ਾ ਹੈ ਗੁਰੂ ਤੇਗ ਬਹਾਦਰ ਜੀ ਦਾ ਜੀਵਨ। ਤੇਗ ਬਹਾਦਰ ਸਿਮਰੀ ਹੈ ਕਰਨੌਨ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਤਿਆਗਮੱਲ ਸੀ, ਗੁਰੂ ਹਰਗੋਬਿੰਦ ਜੀ ਉਹਨਾਂ ਦੇ ਪਿਤਾ ਹੋਏ ਨੇ, ਮਾਤਾ ਨਾਨਕੀ ਜੀ, ਔਰ ਉਹਨਾਂ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਦੇ ਮਹਿਲ ਦੇ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਦੇ ਅੱਗੇ ਸੀਸ ਝੁਕਾਇਆ, ਔਰ ਉਹਨਾਂ ਦਾ ਮੰਨਣਾ ਸੀ ਕਿ ਧਰਮ ਦੇ ਲਈ ਬਲੀਦਾਨ ਦੇਣ ਵਾਲਾ ਇਨਸਾਨ ਹੈ ਜੋ ਪੈਦਾ ਹੋ ਚੁੱਕਿਆ ਹੈ। ਉਹਨਾਂ ਦੀ ਪੜ੍ਹਾਈ ਲਿਖਾਈ ਦਾ ਕੰਮ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਨੇ ਔਰ ਬਾਬਾ ਬਿਧੀ ਚੰਦ ਜੀ ਨੇ ਕੀਤਾ ਹੈ। ਮਾਤਾ ਦੇ ਪਿਤਾ ਦੇ ਕੋਮਲਤਾ ਦੇ, ਇਕਾਂਤਵਾਸ ਦੇ, ਦਲੇਰੀ ਦੀ, ਬਹਾਦਰੀ, ਅੱਤਿਆਚਾਰਾਂ ਦਾ ਸਾਹਮਣਾ ਕਰਨ ਦੇ ਗੁਣ ਵੀ ਉਹਨਾਂ ਦੇ ਵਿੱਚ ਆਏ ਹਨ, ਜਿਨ੍ਹਾਂ ਤੱਕ ਕਿ ਆਪਾਂ ਦੇਖ ਸਕਦੇ ਹਾਂ ਕਰਤਾਰਪੁਰ ਦੀ ਲੜਾਈ ਜਦੋਂ ਕਿ ਮੁਗਲਾਂ ਦੇ ਖਿਲਾਫ ਹੋਈ ਹੈ ਤਾਂ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਪਿਤਾ ਹਰਗੋਬਿੰਦ ਜੀ ਦਾ ਸਾਥ ਦਿੱਤਾ, ਔਰ ਤਿਆਗਮੱਲ ਨੇ ਆਪਣੀ ਤਲਵਾਰ ਦੇ ਨਾਲ ਜੋ ਬਹਾਦਰੀ ਦੇ ਜੌਹਰ ਦਿਖਾਏ ਨੇ ਉਹਨਾਂ ਦਾ ਨਾਮ ਬਦਲ ਕੇ ਤੇਗ ਬਹਾਦਰ ਕਰ ਦਿੱਤਾ ਗਿਆ। ਤੇਗ ਬਹਾਦਰ ਜਾਣੀ ਕਿ ਤਲਵਾਰ ਦੇ ਧਨੀ। ਉਸ ਤੋਂ ਬਾਅਦ ਉਹਨਾਂ ਦਾ ਵਿਆਹ ਹੈ ਜੋ ਮਾਤਾ ਗੁਜਰੀ ਜੀ ਦੇ ਨਾਲ ਕਰ ਦਿੱਤਾ ਗਿਆ। ਉਹਨਾਂ ਦੇ ਲਈ ਬਹੁਤ ਵਧੀਆ ਕੱਪੜੇ ਤਿਆਰ ਕੀਤੇ ਗਏ, ਗਹਿਣੇ ਤਿਆਰ ਕੀਤੇ ਗਏ, ਪਰੰਤੂ ਇਕਾਂਤਵਾਸ ਜਾਂ ਫਿਰ ਕਿਸੇ ਚੀਜ਼ ਦੀ ਲਾਲਸਾ ਨਾ ਹੋਣ ਦੇ ਕਾਰਨ ਉਹਨਾਂ ਨੇ ਆਪਣੇ ਕੱਪੜੇ ਔਰ ਗਹਿਣੇ ਗਰੀਬ ਪਰਸਨ ਨੂੰ ਦੇ ਦਿੱਤੇ ਗਏ। ਇੱਥੋਂ ਹੀ ਆਪਾਂ ਉਹਨਾਂ ਦਾ ਸੈਕਰੀਫਾਈਸ ਵੀ ਦੇਖਦੇ ਹਾਂ। ਉਹਨਾਂ ਦੇ ਵਿਆਹ ਤੋਂ ਬਾਅਦ ਇੱਕ ਸੰਤਾਨ ਪੈਦਾ ਹੋਈ ਜਿਹਨਾਂ ਨੂੰ ਕਿ ਗੋਬਿੰਦ ਰਾਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪਰੰਤੂ ਉਹਨਾਂ ਦੇ ਭਰਾ ਸੀ ਜੋ ਵੱਡਾ ਅਟਲ ਰਾਏ ਜੀ, ਉਹਨਾਂ ਦੀ ਅਕਾਲ ਮ੍ਰਿਤਿਊ ਦੇ ਕਾਰਨ ਜਿਹੜਾ ਹੈ ਉਹਨਾਂ ਦਾ ਮਨ ਇਕਾਂਤਵਾਸ ਦੇ ਵਿੱਚ ਲੱਗ ਗਿਆ, ਔਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਾ ਕੇ ਬਾਬਾ ਬਕਾਲਾ ਦੇ ਵਿੱਚ ਆਪਣੀ ਮਾਤਾ ਨਾਨਕੀ ਔਰ ਪਤਨੀ ਮਾਤਾ ਗੁਜਰੀ ਜੀ ਦੇ ਨਾਲ 26 ਸਾਲ ਭੋਰੇ ਦੇ ਵਿੱਚ ਰਹੇ ਬਾਬਾ ਬਕਾਲਾ ਦੇ ਵਿੱਚ, ਜਿੱਥੇ ਕਿ ਜੀ ਦੂਸਰੀ ਸਾਈਡ ਅਗਰ ਆਪਾਂ ਦੇਖੀਏ ਤਾਂ ਮੱਖਣ ਸ਼ਾਹ ਲੁਬਾਣਾ ਉਸ ਟਾਈਮ ਜੋ ਹੈ ਆਪਣਾ ਸਮੁੰਦਰ ਦੇ ਵਿੱਚ ਜਹਾਜ਼ ਲੈ ਕੇ ਗਿਆ ਹੋਇਆ ਸੀ। ਤੂਫਾਨ ਆਉਣ ਦੇ ਕਾਰਨ ਉਹਨੇ ਸੁੱਖ ਸੁੱਖੀ ਕਿ ਜੋ ਐਟ ਪ੍ਰੈਜੈਂਟ ਗੱਦੀ 'ਤੇ ਗੁਰੂ ਜੀ ਬੈਠੇ ਨੇ, ਅਗਰ ਉਹ ਮੇਰਾ ਬੇੜਾ ਸਹੀ ਸਲਾਮਤ ਕਿਨਾਰੇ 'ਤੇ ਲਗਾ ਦੇਣ ਤਾਂ ਮੈਂ 500 ਸੋਨੇ ਦੀਆਂ ਮੋਹਰਾਂ ਚੜਾਊਂਗਾ। ਜਦੋਂ ਬਾਬਾ ਬਕਾਲਾ ਪਹੁੰਚਿਆ ਤਾਂ ਉੱਥੇ 22 ਪ੍ਰਤੀਨਿਧੀ ਬੈਠੇ ਸੀਗੇ, ਤਾਂ ਦੇਖ ਕੇ ਉਹ ਹੈਰਾਨ ਹੋ ਗਿਆ। ਉਹਨੇ ਕਿਹਾ ਕਿ ਜੋ ਅਸਲ ਗੁਰੂ ਹੋਏਗਾ ਆਪਣੇ ਆਪ ਸਾਹਮਣੇ ਆਏਗਾ। ਉਹਨੇ 2-2 ਮੋਹਰਾਂ ਹਰੇਕ ਦੀ ਅੱਗੇ ਰੱਖਣੀਆਂ ਸਟਾਰਟ ਕਰਤੀਆਂ, ਤਾਂ ਬਾਬਾ ਬਕਾਲਾ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚੇ ਤਾਂ ਉਹਨਾਂ ਦੇ ਅੱਗੇ ਵੀ 2 ਮੋਹਰਾਂ ਰੱਖੀਆਂ, ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਉਦੋਂ ਤਾਂ ਤੂੰ 500 ਮੋਹਰਾਂ ਦੀ ਸੁੱਖਣਾ ਸੁੱਖੀ ਸੀ, ਹੁਣ 2 ਮੋਹਰਾਂ ਦੇ ਨਾਲ ਕੰਮ ਚਲਾ ਰਿਹਾ। ਤਾਂ ਮੱਖਣ ਸ਼ਾਹ ਲੁਬਾਣਾ ਨੇ ਉਸੇ ਟਾਈਮ ਉੱਪਰ ਜਾ ਕੇ ਚੁਬਾਰੇ 'ਤੇ ਰੌਲਾ ਪਾਇਆ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਗੁਰੂ ਤੇਗ ਬਹਾਦਰ ਜੀ ਨੇ ਭੋਰੋ ਤੋਂ ਨਿਕਲ ਕੇ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ, ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ, ਔਰ ਬਾਅਦ ਦੇ ਵਿੱਚ ਜਿਵੇਂ ਕਿ ਆਪਾਂ ਦੇਖਦੇ ਹਾਂ ਕਸ਼ਮੀਰ ਦੇ ਵਿੱਚ ਔਰੰਗਜ਼ੇਬ ਮੁਗਲ ਬਾਦਸ਼ਾਹ ਦਾ ਅੱਤਿਆਚਾਰ ਦਾ ਦੌਰ ਆਰੰਭ ਹੋ ਚੁੱਕਿਆ ਸੀ ਔਰ ਜ਼ਬਰਦਸਤੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀਗਾ। ਤਾਂ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ, ਗੁਰੂ ਤੇਗ ਬਹਾਦਰ ਜੀ ਕੋਲ ਪੰਡਿਤ ਕਿਰਪਾ ਰਾਮ ਔਰ ਉਹਦੀ 16 ਪ੍ਰਤੀਨਿਧੀ ਇਕੱਠੀ ਹੋ ਕੇ ਆਏ ਤਾਂ ਕਿ ਸਾਨੂੰ ਸਾਡੇ ਧਰਮ ਨੂੰ, ਹਿੰਦੂ ਧਰਮ ਨੂੰ ਬਚਾਓ। ਔਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਸ ਕੰਮ ਦੇ ਲਈ ਕਿਸੇ ਮਹਾਨ ਵਿਅਕਤੀ ਦੇ ਬਲੀਦਾਨ ਦੀ ਜ਼ਰੂਰਤ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਉਸ ਟਾਈਮ ਖੇਡ ਰਹੇ ਸੀ ਬਾਲ ਅਵਸਥਾ ਦੇ ਵਿੱਚ ਸੀ, ਉਹਨਾਂ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ। ਤਾਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਮੁਸਕਰਾ ਕੇ ਦਿੱਲੀ ਦੀ ਤਰਫ ਚੱਲ ਪਏ ਔਰ ਉਹਨਾਂ ਨੇ ਕਿਹਾ ਕਿ ਜਾ ਕੇ ਕਹਿ ਦਿਓ ਕਿ ਅਗਰ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਹੈ ਇਸਲਾਮ ਧਰਮ 'ਚ ਲਿਆਂਦਾ ਤਾਂ ਅਸੀਂ ਸਾਰੇ ਵੀ ਹਿੰਦੂ ਧਰਮ ਜਿਹੜਾ ਹੈ ਕਨਵਰਟ ਕਰਕੇ ਮੁਸਲਮਾਨ ਧਰਮ ਦੇ ਵਿੱਚ ਜਾਣ ਲਈ ਤਿਆਰ ਹਾਂ। ਤਾਂ ਉਹਨਾਂ ਨੇ ਰਸਤੇ 'ਚ ਜਾਂਦੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ। ਦਿੱਲੀ ਦੇ ਵਿੱਚ ਜਦੋਂ ਗਏ ਉਹਨਾਂ ਦੇ ਸਾਥੀਆਂ ਨੂੰ ਪਹਿਲਾਂ ਤਾਂ ਸ਼ਹੀਦ ਕੀਤਾ ਗਿਆ, ਭਾਈ ਸਤੀਦਾਸ, ਮਤੀਦਾਸ ਔਰ ਭਾਈ ਦਿਆਲਾ ਨੂੰ, ਔਰ ਉਸ ਤੋਂ ਉਪਰੰਤ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਇਸਲਾਮ ਧਰਮ ਨੂੰ ਮੰਨਣ ਤੋਂ ਮਨਾ ਕਰਤਾ ਤਾਂ 1675 ਦੇ ਵਿੱਚ ਉਹਨਾਂ ਨੂੰ ਦਿੱਲੀ ਅਤੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰਤਾ। ਸੀਸ ਦਾ ਸੰਸਕਾਰ ਹੈ ਜੋ ਕਿ ਰੰਗਰੇਟੇ ਗੁਰੂ ਕੇ ਬੇਟੇ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਲਿਆ ਕੇ ਕੀਤਾ, ਔਰ ਧੜ ਦਾ ਸੰਸਕਾਰ ਦਿੱਲੀ ਦੇ ਵਿੱਚ ਹੀ ਰਕਾਬਗੰਜ ਗੁਰਦੁਆਰਾ ਜੋ ਅੱਜ ਬਣਿਆ ਹੋਇਆ ਹੈ ਉੱਥੇ ਲੱਖੀ ਸ਼ਾਹ ਨੇ ਕੀਤਾ। ਤਾਂ ਉਹ ਗੁਰੂ ਤੇਗ ਬਹਾਦਰ ਜਿਹੜੇ ਕਿ ਧਰਮ ਦੇ ਬਲੀਦਾਨੀ ਨੇ, ਜੰਝੂ ਅਤੇ ਜਨੇਊ ਦੀ ਰੱਖਿਆ ਕੀਤੀ ਹੈ, ਔਰ ਆਪਣੇ ਧਰਮ ਦੇ ਲਈ ਨਹੀਂ ਬਲਕਿ ਦੂਸਰੇ ਧਰਮ ਦੇ ਲਈ, ਔਰ ਉਹ ਗੁਰੂ ਤੇਗ ਬਹਾਦਰ ਜੋ ਕਿ ਸਾਨੂੰ ਮਤਲਬ ਕਿ ਬਿਲਕੁਲ ਸਵਾਰਥ ਤੋਂ ਪਰੇ ਹੋ ਕੇ ਜ਼ਿੰਦਗੀ ਜਿਉਣ ਦਾ ਇੱਕ ਮਾਇਨਾ ਦੱਸਦੇ ਨੇ। ਧੰਨ ਗੁਰੂ ਤੇਗ ਬਹਾਦਰ, ਧੰਨਵਾਦ।